ਕੋਈ ਸੱਜਣ ਕਹਿੰਦੇ ਵੀ ਕੇਵਲ ਜਲਾਲ ਨੇ ਆਪਣਾ ਕੀ ਗਾਇਆ, ਜਿੱਦਾਂ ਮਾਣਕ ਨਾਲ ਹੀ ਰਿਹਾ ਸਾਰੀ ਉਮਰ, ਉਹਦੇ ਗਾ ਕੇ ਹੀ ਡੰਗ ਸਾਰਦਾ ਰਿਹਾ। ਥੋੜਾ ਜਿਹਾ ਵਿਸਥਾਰ ਚ ਦੱਸ ਦਿਓ ਕਿਹੜੇ ਕਿਹੜੇ ਗਾਣੇ, ਕਿੰਨੀਆਂ ਕਿੰਨੀਆਂ ਕੈਸਟਾਂ, ਕਿਹੜੀ ਕਿਹੜੀ ਕੈਸਟ ਜਿਹੜੀ ਉਹ ਤੁਹਾਡੀ। ਵੈਸੇ ਅਸੀਂ ਉਸ ਇੰਟਰਵਿਊ ਤੋਂ ਬਾਅਦ ਆਪਣੇ ਵੱਲੋਂ ਕੋਸ਼ਿਸ਼ ਕੀਤੀ, ਕੁਛ ਅਪਲੋਡ ਕੀਤਾ, ਪਰ ਤੁਸੀਂ ਆਪਣੀ ਜਵਾਨੀ ਦੱਸੋ ਵੀ ਤੁਹਾਡੀਆਂ ਕਿਹੜੇ ਕਿਹੜੀਆਂ ਕੈਸਟਾਂ ਆਈਆਂ। ਕੈਸਟਾਂ ਆਈਆਂ, ਸਭ ਤੋਂ ਪਹਿਲਾਂ ਆ ਰਹੀ ਆ ਦੂਰ ਕਰ ਜਾ ਰਹੀਆਂ ਦੇ, ਜੀ ਜੀ, ਕੱਲੇ ਦੀ, ਜੀ ਜੀ, ਉਸ ਤੋਂ ਬਾਅਦ ਅੱਖੀਆਂ ਨਾ ਲੱਗ, ਜੀ ਅੱਛਾ, ਹਾਂਜੀ, ਤੇ ਕੁਝ ਸਾਂਝੀਆਂ ਕੈਸਟਾਂ ਆਈਆਂ, ਜਿਵੇਂ ਕਾਫੀ ਕੈਸਟਾਂ ਆਈਆਂ ਜਿਨ੍ਹਾਂ ਦਾ ਮੈਨੂੰ ਨਾਮ ਦਾ ਵੀ ਪਤਾ, ਮੇਰੇ ਕੋਲ ਪਈਆਂ ਕੈਸਟਾਂ ਹਲ ਜਾਣੀ 7-8 ਕੈਸਟਾਂ ਮੇਰੀਆਂ ਇਕੱਲੇ ਦੀਆਂ, ਤੇ ਕਈ ਗੀਤਾਂ ਦਾ ਮੈਨੂੰ ਸਾਡੇ ਫੈਨ ਬਹੁਤ ਆ ਲੋਕ, ਏਡੇ ਏਡੇ ਕਮਰੇ, ਉਹਨਾਂ ਜਿਹੜੇ ਕਮਰੇ 'ਚ ਆਪਾਂ ਹਾਲ 'ਚ ਬੈਠੇ, ਏਡੇ ਏਡੇ ਕਮਰੇ ਡੈਕੋਰੇਸ਼ਨ ਬਣਾ ਕੇ ਭਲਾਈ ਦੀ, ਸਾਡੇ ਗੀਤ ਹੀ ਆ, ਸਾਡੇ ਰਿਕਾਰਡ ਪੱਥਰ ਦੇ ਜਿਹੜੇ ਚੱਲੇ ਸੀ ਉਹਨਾਂ ਵਿੱਚ ਮੈਨੂੰ ਵੀ ਕਹਿੰਦੇ ਵੀ ਆਹ ਗੀਤ ਜਿਹੜਾ ਤੁਸੀਂ ਕਰਾਇਆ ਸੀ ਕਹਿ ਲੈ, ਪਤਾ ਤੁਹਾਨੂੰ? ਮੈਂ ਨਹੀਂ ਯਾਰ, ਮੈਂ ਤਾਂ ਮੇਰੇ ਯਾਦ ਨੇ, ਉਹਨਾਂ ਨੇ ਫਿਰ ਮੈਨੂੰ ਸੁਣਾਉਂਦੇ ਆ, ਇੱਕ ਪਾਸੇ ਮਾਨਕ ਸਾਹਿਬ ਦੇ ਆ, ਇੱਕ ਪਾਸੇ ਮੇਰੇ ਆ ਐਲਬੀ ਰਿਕਾਰਡ ਚੋਂ, ਤਕਰੀਬਨ ਜਿੱਥੇ ਸਾਡਾ ਕੋਈ ਅਸੀਂ ਬਾਹਰ ਅੰਦਰ ਜਾਂਦੇ ਹਾਂ ਜਦੋਂ ਵਿਦੇਸ਼ੀ ਜਾਂਦਾ, ਉਦੋਂ ਸਾਡੇ ਕਲੀ ਜਿਹੜੀ ਨਹੀਂ ਯਾਦ ਹੁੰਦੀ ਤੇ ਲੋਕ ਭੱਜ ਕੇ ਸਰੋਤੇ ਜਿਹੜੇ ਸਟੇਜ ਤੇ ਚੜ੍ਹ ਕੇ ਆ ਕੇ ਸਾਨੂੰ ਦੱਸਦੇ ਵੀ ਇਹ ਦੁਕਾਨ ਚੱਲਦੀ ਹੈ ਜੀ ਕਦੇ। ਠੀਕ ਹੈ, ਵਿਦੇਸ਼ੀ ਜਾਂਦੇ ਹਾਂ ਤੁਸੀਂ ਦੱਸਿਆ, ਵਿਦੇਸ਼ ਜਾਂਦੇ ਹਾਂ, ਕਿੰਨੇ ਕੁ ਟੂਰ ਲੱਗੇ ਅੱਜ ਤੱਕ, ਹਾਂਜੀ, ਵਿਦੇਸ਼ ਕਿੰਨੀ ਕੁ ਵਾਰੀ ਗਏ? ਅੱਛਾ, ਇਹ ਦੱਸੋ, ਇੱਕ ਵਾਰੀ ਇੰਗਲੈਂਡ ਗਿਆ ਜੀ, ਤੇ ਇੱਕ ਵਾਰੀ ਅਮਰੀਕਾ ਗਿਆ, ਦੋ ਵਾਰੀ ਗਏ, ਬਸ ਦੋ ਵਾਰੀ ਮਾਨਕ ਸਾਹਿਬ ਨਾਲ, ਇਕੱਲੇ? ਅੱਛਾ, ਤੇ ਮਾਨਕ ਸਾਹਿਬ ਅਨੇਕਾਂ ਵਾਰ ਗਏ, ਕੋਈ ਮੇਰਾ ਖਿਆਲ ਦੁਨੀਆਂ ਦਾ ਕੋਨਾ ਨਹੀਂ ਛੱਡਿਆ ਉਹਨਾਂ, ਤੁਸੀਂ ਉਹਨਾਂ ਨਾਲ ਨਹੀਂ ਗਏ ਕਦੀ? ਚਾਂਸ ਨਹੀਂ ਬਣਿਆ ਜਾਂ ਕੀ ਸਬੱਬ ਬਣਦਾ ਰਿਹਾ? ਮਾਨਕ ਸਾਹਿਬ ਕੀ? ਮਾਨਕ ਸਾਹਿਬ ਦੇ ਨਾਲ ਮੈਂ ਗਿਆ, ਤੁਸੀਂ ਗਏ ਨਹੀਂ, ਉਹਨਾਂ ਦੁਨੀਆਂ ਦਾ ਕੋਈ ਕੋਨਾ ਨਹੀਂ ਛੱਡਿਆ? ਨਾ ਨਾ। ਅੱਛਾ, ਬਿਲਕੁਲ, ਇਹ ਕੀ ਸਬੱਬ, ਕਿਉਂ ਨਹੀਂ? ਮਤਲਬ ਇਹ ਬਸ ਪਤਾ ਨਹੀਂ ਕੀ ਗੱਲ ਆ, ਜਿਵੇਂ ਕਿ ਆਪਦੇ ਜਿਹੜੇ ਖਾਸ ਹੀ ਹੁੰਦੇ ਆ। ਜੀ ਜੀ, ਨਹੀਂ ਤੁਸੀਂ ਵੀ ਤਾਂ ਖਾਸ ਹੋ, ਹਾਂ, ਤੁਹਾਡੇ ਚਾਚਾ ਜੀ ਸਾਨੂੰ ਹੀ ਖਾਸ ਸੀ ਜੀ, ਪਰ ਮੇਰੇ ਬਾਰੇ ਉਹਦੇ ਮਨ 'ਚ ਹੀ ਨਹੀਂ ਆਈ ਗੱਲ ਵੀ ਉਹਨੂੰ ਨਾਲ ਲੈ ਕੇ ਜਾਏ। ਠੀਕ ਠੀਕ, ਹਾਂ, ਪਤਾ ਨਹੀਂ ਕੀ ਗੱਲ ਹੋਈ। ਤੁਸੀਂ ਮੇਲਿਆਂ 'ਚ ਕੋਰਸ ਤੁਸੀਂ ਗਾਉਂਦੇ ਸੀ, ਹਾਂ, ਉੱਥੇ ਮਾਨਕ ਸਾਹਿਬ ਕੋਰਸ ਗਾਉਣ ਨੂੰ ਤਾਂ ਨਾਲ ਲੈ ਕੇ ਜਾਂਦੇ ਹੋਣਗੇ ਕਿਸੇ ਨੂੰ? ਨਾ, ਕਿਸੇ ਨੂੰ ਲੈ ਕੇ ਜਾਂਦੇ? ਅੱਛਾ, ਮਜੀਸ਼ੀਅਨ ਹੁੰਦੇ ਸੀ 3-4? ਅੱਛਾ ਜੀ, ਤੇ ਬਸ ਇਕੱਲਾ ਹੀ ਹੁੰਦਾ ਸੀ ਨਾਲ, ਉੱਥੇ ਬੋਲਣ ਵਾਲੇ ਬਥੇਰੇ ਮਿਲ ਜਾਂਦੇ, ਉੱਥੋਂ ਮਿਲ ਜਾਂਦੇ, ਉੱਥੋਂ ਹੀ ਮਿਲ ਜਾਂਦੇ। ਪਰ ਇੰਨਾ ਲੰਬਾ ਸਫ਼ਰ ਗਾਇਆ ਤੁਸੀਂ, ਕਦੇ ਉਹ ਗਿਲਾ ਨਹੀਂ ਕੀਤਾ ਮਾਨਕ ਸਾਹਿਬ ਨਾਲ ਵੀ ਯਾਰ ਮੈਨੂੰ ਕਿਉਂ ਨਹੀਂ ਬਣਾਉਂਦਾ ਜਾਂ ਕੁਝ? ਇੱਕ ਵਾਰੀ? ਅੱਛਾ, ਘਰੇ ਜਾ ਕੇ? ਅੱਛਾ ਅੱਛਾ, ਪੂਰੇ ਲੜਦੇ ਨੇ? ਅੱਛਾ, ਵੀ ਦੱਸ ਮੇਰੇ 'ਚ ਕਮੀ ਦੱਸ ਕੀ ਹੈ? ਇੱਕੇ ਦਿਨ ਗਾਉਣ ਲੱਗੇ ਹਾਂ, ਇਹ ਇਕੱਠੇ ਲੁਧਿਆਣੇ ਆਏ, ਇਕੱਠੇ ਪੜ੍ਹੇ, ਇਕੱਠੇ ਗਾਉਣ ਲੱਗੇ ਜੀ। ਉਹ ਤੁਸੀਂ ਹੁਣ ਤੱਕ 2 ਸਾਲ ਤੋਂ ਆਪਾਂ ਇਕੱਠੇ ਆਏ, ਤੇ ਤੂੰ ਮੇਰੇ ਬਾਰੇ ਤੂੰ ਕੱਖ ਵੀ ਨਹੀਂ ਸੋਚਿਆ? ਐਵੇਂ ਨਾ ਯਾਰ ਬੋਲੀ ਜਾ ਕਰ, ਐਵੇਂ ਬੋਲਦਾ ਫਿਰ ਸੀਗਾ, ਜਿੱਦਾਂ ਸੁਭਾਅ ਸੀਗਾ ਉਹਨਾਂ, ਬਸ ਠੀਕ ਸੁਭਾਅ ਦਾ ਕੱਬਾ ਸੀ ਬਹੁਤ ਜ਼ਿਆਦਾ। ਦਿਲ 'ਚ ਮੇਰਾ ਖਿਆਲ ਕੋਈ ਗੱਲ ਨਹੀਂ ਹੁੰਦੀ ਸੀ, ਉਹ ਇੱਕ ਜ਼ਬਾਨ ਤੋਂ ਲਫ਼ਜ਼ ਕਹਿ ਦੇਣਾ ਜੋ ਮੌਕੇ ਦਾ ਮੂੰਹ 'ਚ ਆਇਆ, ਜੋ ਜ਼ਬਾਨ 'ਚ ਉਹ ਕਹਿ ਦੇਣਾ, ਭਾਵੇਂ ਕੋਈ ਬੈਠਾ ਮੂਹਰੇ। ਹਾਂ, ਤੁਸੀਂ ਮੰਨੋ ਮੇਰੀ ਗੱਲ ਵੀ ਆਪਣੇ ਜਿਨ੍ਹਾਂ ਨੇ ਸਾਨੂੰ 50,000 ਰੁਪਇਆ ਦੇਣਾ, ਹਾਂ, ਉਹਨਾਂ ਨੂੰ ਸਟੇਜ ਦੇ ਨੇੜੇ ਭਾਜਾ ਯਾਰ ਜੇ ਕੋਈ ਗੱਲ ਪੈਂਦਾ ਬੇਵਕੂਫ ਬੰਦਾ ਜਿਹਨੂੰ ਪਤਾ ਹੀ ਨੀ, ਉਹ ਫਿਰ ਜਦੋਂ ਆਉਂਦਾ ਲਾਂਗੜ ਕੱਸ ਕੇ, ਹਾਂ, ਫਿਰ ਫਿਰ ਮੈਨੂੰ ਕਹਿੰਦਾ ਸੀ ਤੇਰਾ ਨਾਂ ਕਿੱਡਾ ਆ, ਏਦਾਂ ਨਾਂ ਕਦੀ ਮਾਂ ਕਹਿੰਦਾ, ਤੂੰ ਉਸੇ ਹਿਸਾਬ ਨਾਲ ਵੱਡੀ ਗੱਲ ਕਰਿਆ ਕਰ। ਠੀਕ ਆ,
ਤੈਨੂੰ ਕੀ ਪਤਾ? ਅੱਛਾ ਮੈਨੂੰ ਵੀ ਮੈਨੂੰ ਪਤਾ ਕਰਕੇ ਮੈਂ ਕਹਿੰਦਾ। ਠੀਕ ਠੀਕ, ਇਸ ਕਰਕੇ ਵਧੀਆ ਬੋਲਣਾ, ਚੰਗੀ ਗੱਲ, ਖੁਸ਼ ਵੀ ਬਹੁਤ ਹੁੰਦੇ ਸੀ ਲੋਕ ਜਿਵੇਂ ਤੁਸੀਂ ਬੈਠੇ ਆ, ਤੇ ਕਈ ਵਾਰੀ ਤਾਂ ਤੁਹਾਨੂੰ ਇਹ ਵੀ ਕਹਿ ਸਕਦਾ ਸੀ ਉਹ ਯਾਰ ਕੋਈ ਨੀ ਯਾਰ ਫੇਰ ਕਰ, ਤੇ ਕਈ ਵਾਰੀ ਤੁਹਾਨੂੰ ਉੱਠ ਨੀ ਦੇਣਾ, ਜਾਓ ਲਿਆ ਠੀਕ ਆ, ਫੜ ਲਿਆ ਪਾਣੀ ਪੀਏ ਯਾਰ, ਠੀਕ ਠੀਕ, ਖੁਸ਼ ਖੁਸ਼ ਪੂਰਾ ਰਹਿੰਦਾ, ਠੀਕ ਆ।